ਪਾਕਿਸਤਾਨੀ ਤਸਕਰਾਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿੱਚ ਜ਼ਖਮੀ ਹੋਏ BSF ਦੇ ਜਵਾਨਾਂ ਨੂੰ ਮਿਲਣ ਦੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਹਸਪਤਾਲ ਦੇ ਵਿੱਚ ਪਹੁੰਚੇ। ਇਸ ਦੌਰਾਨ ਉਹਨਾਂ ਨੇ ਜਿੱਥੇ ਸਾਰੀ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ, ਉੱਥੇ ਹੀ ਹਸਪਤਾਲ ਪ੍ਰਬੰਧਨ ਨੂੰ ਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਪੇਸ਼ ਆਉਣ ਦੇਣ ਦੀ ਹਦਾਇਤ ਵੀ ਦਿੱਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਕਾਇਰਤਾਪੂਰਨ ਦੱਸਿਆ। ਜਦੋਂ ਸਾਡੇ ਨੌਜਵਾਨ ਦੇਸ਼ ਦੀ ਰਾਖੀ ਵਾਸਤੇ ਉੱਥੇ ਆਉਣਾ, ਜਿਸ ਤਰ੍ਹਾਂ ਉਹਨਾਂ ਨੇ ਹਮਲਾ ਇਹਨਾਂ ਦੇ ਪੁੱਛਣ ਤੋਂ ਨੌਜਵਾਨਾਂ ਤੋਂ ਪਤਾ ਚੱਲਾ, ਜੋ ਆਪਣੀ ਉਹਨਾਂ ਤੋਂ ਫਿਰ ਉਹ ਮਾਰਨ ਵਾਸਤੇ ਆਏ। ਇਸ ਕਰਕੇ ਮੈਂ ਜਿੰਨੀ ਵੀ ਇਹਦੀ ਨਿੰਦਾ ਕੀਤੀ ਜਾਵੇ ਇਨਸਾਨੀਅਤ ਤੌਰ 'ਤੇ ਉਨੀ ਥੋੜ੍ਹੀ ਹੈ। ਇਹ ਵੀ ਕਹਾਂਗਾ ਕਿ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਆਧੁਨਿਕ ਜਦੋਂ ਵੀ ਅੱਜ ਦੇ ਸਮੇਂ ਅਨੁਸਾਰ ਰਾਤ ਨੂੰ ਗੈਸ ਕਰਨ ਵਾਸਤੇ ਲਾਈਟ ਦਾ ਪ੍ਰਬੰਧ ਜਾਂ ਹੋਰ ਜੋ ਜੋ ਵੀ ਉੱਥੇ ਜੰਤਰ ਜਿਸ ਤਰ੍ਹਾਂ ਦੇ ਹੋਣ, ਜਿਹੜੇ ਕੋਈ ਦੁਸ਼ਮਣ ਛੁਪਾ ਵੀ ਹੋ ਤੋ ਮਾਲੂਮ ਹੋ ਜਾਏ ਕਿ ਇਹਦੇ ਇਤਨੀ ਕਿਲੋਮੀਟਰ ਪਏ ਆ ਜਾਂ ਕਿੰਨੇ ਮੀਟਰ ਪਏ ਆ ਦੁਸ਼ਮਣ ਜਿਹੜਾ ਉਹ ਲੋਕਾਂ। ਇਹ ਤਾਂ ਕਰਕੇ ਘਾਤਕ ਹਮਲਾ ਹੋਇਆ ਕਿ ਉਹ ਇਹਨਾਂ ਨੂੰ ਮਾਲੂਮ ਨਹੀਂ ਹੋ ਸਕਿਆ ਕਿ ਉਹ ਕਣਕ ਬੜੀ ਸੀ ਉਹਦੇ ਵਿੱਚ ਲੁਕੇ ਤੇ ਛਿਪੇ ਤੇ। ਇਸ ਲਈ ਜਿੰਨੀ ਵੀ ਨਿੰਦਾ ਕੀ ਕੀਤੀ ਜਾਏ ਉਹ ਥੋੜ੍ਹੀ ਪੰਜਾਬ, ਮੈਂ ਆਪਣੇ ਵੱਲੋਂ, ਇਲਾਕੇ ਵੱਲੋਂ, ਪੰਜਾਬ ਸਰਕਾਰ ਵੱਲੋਂ ਇਹਦੀ ਨਿੰਦਾ ਕਰਦਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।